हेलो, की हाल है वीरे? अच्छा, वो यार मैं ना फोन लाया सीगा, वीजा लग गया कि नहीं? ना यार भाई, आए ना कर, जल्दी करा यार। आए होगा तो मैं तो इतने ही फस जूंगा यार। हाँ जल्दी कर, मेरा वीजा लवा दे, आए ना कर। ठीक है, हाँ, वीर माड़ा जल्दी कर दे करा। ठीक है, ਉਹ ਮੈਨੂੰ ਅੰਕਲ ਅਵਤਾਰ ਖੜਾ ਲੱਗਦਾ। ਪਹਿਲਾਂ ਇਹਨੂੰ ਹੀ ਦੇ ਵਧਾਈਆਂ ਬੀਜੇ ਦੀਆਂ। ਚੱਲ ਲੈ ਬਈ, ਪਹਿਲੀਆਂ ਵਧਾਈਆਂ ਬੀਜੇ ਦੀਆਂ ਇਹਨਾਂ ਨੂੰ ਦਿੰਦੇ ਆ। ਇਹ ਬੜਾ ਬੀਜਾ ਬੀਜਾ ਕਰਦੇ ਆ, ਪਹਿਲਾਂ ਇਹਨਾਂ ਨਾਲ ਕਰਦੇ ਗੱਲਬਾਤ। ਸਤਿ ਸ਼੍ਰੀ ਅਕਾਲ ਅੰਕਲ ਜੀ, ਕੀ ਹਾਲ ਚਾਲ ਆ? ਸਤਿ ਸ਼੍ਰੀ ਅਕਾਲ ਅੰਕਲ, ਕਿਵੇਂ ਆ? ਮੈਂ ਕਿਹਾ ਬਈ ਪਹਿਲੀਆਂ ਵਧਾਈਆਂ ਅਵਤਾਰ ਅੰਕਲ ਨੂੰ ਹੀ ਦੇ ਦੇਗੇ। ਬਈ ਪਾਸਪੋਰਟ ਮੇਰੀ ਜੇਬ 'ਚ ਹੀ ਆ, ਵੀਜ਼ਾ ਆਪਣਾ ਗਿਆ ਆ, ਪੜਾਕੇ ਪੈ ਗਏ। ਇਹ ਜੰਟ ਵੀ ਚੰਗੇ ਕੋਲ ਲਾਉਣੀ ਪੈਂਦੀ। ਫੜ ਲੈ ਲੈ, ਦੇਖ ਮੋਹਰ ਲੱਗੀ। ਕਿਆ ਇਹ ਵਧਾਈਆਂ ਆਪਣੇ 'ਚ ਰੱਖੀਆਂ ਨੇ? ਪਹਿਲਾਂ ਦਿਨ ਖੁਸ਼ਖਬਰੀ ਤੈਨੂੰ ਹੀ ਦਿੱਤੀ ਮੈਂ ਅੰਕਲ ਆ ਕੇ, ਬਈ ਅੰਕਲ ਨੂੰ ਦੱਸਿਆ ਜਾਵੇ ਵੀ ਮੇਰਾ ਵੀਜ਼ਾ ਆ ਗਿਆ। ਕੀ ਵੀਜ਼ਾ ਵੀਜ਼ਾ ਕਰੀ ਜਾਂਦੇ, ਮੈਨੂੰ ਵੀ ਦੱਸ ਦਿਓ ਯਾਰ, ਗੱਲ ਕੀ ਆ ਤੁਹਾਡੀ? ਇਹ ਇੰਨਾ ਕਾਹਤੋਂ ਖੁਸ਼ ਆ ਤੁਸੀਂ ਇੰਨੇ? ਲੈ ਤੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂਗਾ। ਮੈਨੂੰ ਯਾਰ ਪਤਾ ਹੀ, ਜੇ ਪਤਾ ਹੋਵੇ ਤੈਨੂੰ ਪੁੱਛਾਂ ਕਾਹਤੋਂ? ਮੈਂ ਰਿਸ਼ਤੇਦਾਰੀ 4-5 ਦਿਨ ਬਾਹਰ ਗਿਆ ਸੀ, ਮੈਨੂੰ ਤਾਂ ਹੁਣ ਪਤਾ ਲੱਗਾ ਜਦੋਂ ਤੁਹਾਨੂੰ ਆ ਕੇ ਮਿਲਿਆ। ਮੈਂ ਕਿਹਾ ਯਾਰ ਕਾਹਦੀਆਂ ਇੱਕ ਦੂਜੇ ਨੂੰ ਵਧਾਈਆਂ ਦੇਈ ਜਾਂਦੇ ਆ। ਸਮਰਾ ਜਿਹੜੀ ਗੱਲ ਤੂੰ ਸੁਣਨ ਵਾਲੀ ਉਹਦਾ ਤੂੰ ਸੁਣੀ ਨਹੀਂ ਜੀ। ਕੀ ਗੱਲ ਦੱਸ? ਤੈਨੂੰ ਪਤਾ ਇੱਥੋਂ ਸਾਰੇ ਲੋਕ ਭੱਜ ਜਾਂਦੇ ਬਾਹਰ ਨੂੰ। ਅੱਛਾ, ਕਿਤੇ ਪ੍ਰਵਾਸੀ ਕਹਿੰਦੀ ਆ ਆਈ ਜਾਂਦੇ ਆ, ਕਬਜ਼ਾ ਕਰੀ ਜਾਂਦੇ ਆ। ਇਹ ਤਾਂ ਹੈ। ਹੈਂ? ਤੇ ਤੇਰੇ ਕੋਲ ਪਾਸਪੋਰਟ ਹੈਗਾ ਵਾ? ਨਹੀਂ, ਪਾਸਪੋਰਟ ਤਾਂ ਹੈ ਨਹੀਂ ਮੇਰੇ ਕੋਲ ਯਾਰ। ਉਹ ਤੰਦਰਾ ਜੇ ਪਾਸਪੋਰਟ ਹੁੰਦਾ ਵੀਜ਼ਾ ਲਵਾ ਦਿੰਦੇ ਜਿਹੜੇ ਪੰਜਾਬ ਛੱਡ ਛੱਡ ਭੱਜਦੇ ਆ। ਪਾਸਪੋਰਟ ਵੀ ਹੈਗਾ ਮੇਰੇ ਕੋਲੇ, ਮੈਂ ਜਾ ਵੀ ਸਕਦਾ, ਬੰਦੇ ਵੀ ਭੇਜਣ ਵਾਲੇ ਹੈਗੇ ਆ। ਬੋਇਦਲ ਤੁਸੀਂ ਆ ਜਿਹੜੇ ਪੰਜਾਬ ਛੱਡ ਕੇ ਭੱਜਦੇ ਆ। ਮੈਂ ਪੰਜਾਬ ਦੀ ਹੋਂਦ ਵਾਸਤੇ ਪੰਜਾਬ 'ਚ ਰਹੂੰਗਾ, ਪੰਜਾਬ ਲਈ ਵੀ ਕੁਛ ਕਰੂੰਗਾ, ਆਪਣੇ ਪਰਿਵਾਰ ਲਈ ਵੀ ਕਰੂੰਗਾ। ਮੈਂ ਨਹੀਂ ਪੰਜਾਬ ਛੱਡ ਕੇ ਜਾਣਾ ਚਾਹੁੰਦਾ, ਤੁਸੀਂ ਬੋਇਦਲ ਆ। ਲਓ ਜੀ, ਕਹਿੰਦੇ ਆਖੇ ਬੰਦਾ ਡਿੱਗ ਪਿਆ ਦਲ ਦਲ 'ਚ, ਉਦੋਂ ਨਾ ਤਾਂ ਨਿਕਲਿਆ ਜਾਵੇ, ਕਹਿੰਦਾ ਮੈਂ ਸ਼ਹੀਦੀ ਪਾਊਂਗਾ। ਉਹ ਗੱਲ ਇਹਦੀ ਆ ਹੈ ਬਾਈ, ਇਹ ਗੱਲ ਤੁਹਾਨੂੰ ਮਜ਼ਾਕ ਲੱਗਦੀ, ਹਾਸਾ ਲੱਗਦੀ, ਪਰ ਹਾਸਾ ਨਹੀਂ, ਇਹ ਸੋਚਣ ਵਾਲੀ ਗੱਲ ਆ। ਸਹੀ ਆ, ਜਿਵੇਂ ਆਪਾਂ ਪੰਜਾਬ ਛੱਡ ਕੇ ਬਾਹਰ ਨੂੰ ਭੱਜੇ ਜਾਂਦੇ ਆ, ਜਾਓ, ਪਰ ਜਿਵੇਂ ਕਹਿੰਦੇ ਤਰੱਕੀ ਤਰੱਕੀ ਕੋਈ ਇਹ ਨਹੀਂ ਹੁੰਦੀ ਵੀ ਇੱਥੋਂ ਸਾਰਾ ਕੁਛ ਵੇਚ ਕੇ ਉੱਥੇ ਲੈ ਜਾਓ, ਪੈਸਾ ਕਮਾਓ, ਇੱਥੇ ਆ ਕੇ ਤਰੱਕੀ ਕਰੋ। ਸਹੀ ਆ, ਠੀਕ ਆ ਨਾ? ਜਦੋਂ ਅਸੀਂ ਆਪਦੇ ਘਰ ਛੱਡ ਕੇ ਭੱਜਾਂਗੇ ਬਾਈ, ਪ੍ਰਵਾਸੀ ਤੱਕ ਕਬਜ਼ਾ ਕਰਨਗੇ, ਇੱਥੇ ਜਿਹੜੇ ਕਰਨਗੇ ਆ ਉਹਨਾਂ ਦੇ ਘਰਾਂ 'ਚ ਚੋਰੀਆਂ ਕਰੀ ਜਾਂਦੇ ਲੋਕ, ਜਿਹੜੇ ਘਰ ਵਿਹਲੇ ਪਏ ਉਹਨਾਂ ਦੇ ਤਾਂ ਕਬਜ਼ੇ ਕਰਨੇ ਹੀ ਕਰਨੇ ਆ। ਹੈਂ? ਫਿਰ ਜਿਹੜਾ ਬੰਦਾ ਚਲੋ ਉਹੋ ਜਿਹਾ ਮਨ ਦੇ ਬਾਹਰ ਨੂੰ ਜਾਂਦਾ 2 ਕਿੱਲਿਆਂ ਵਾਲਾ ਵਾ, ਚਲੋ ਕਰਜ਼ਾ ਵਾ ਸਿਰ ਜਾਵੜਿਆ, ਇੱਥੇ ਕੋਈ ਨਹੀਂ ਗੰਜਾਇਸ਼, ਜਿਹਦੇ ਕੋਲ ਬਾਈ 60-60, 70-70 ਪੈਲੀ ਦੇ ਕਿੱਲੇ ਆ, ਦੱਸੋ ਉਹ ਬਾਹਰ ਨੂੰ ਭੱਜੇ ਜਾਂਦੇ ਯਾਰ? ਜੇ ਇੱਕ ਗਿਆ ਵਾ, ਇੱਕ ਤਾਂ ਇੱਥੇ ਰਵੇ ਨਾ, ਬੰਦੇ ਨੂੰ ਪਿੱਛੇ ਝਾਕਦਾ ਹੋਊਗਾ ਨਾ, ਮੇਰਾ ਭਰਾ ਹੈਗਾ ਵਾ, ਮੇਰਾ ਪਰਿਵਾਰ ਆ ਪਿੱਛੇ। ਹਾਂ, ਮੁੜਨ ਦੀ ਝਾਕ ਹੀ ਨਹੀਂ ਕਰਦੇ ਯਾਰ, ਪਿੱਛੇ ਪੰਜਾਬ ਵੱਲ ਤਾਂ ਨਿਗਾਹ ਹੀ ਨਹੀਂ ਮਾਰਦੇ ਮੁੜ ਕੇ। ਬੈਠੇ ਕਹੀ ਜਾਂਦੇ ਆਈ ਲਵ ਪੰਜਾਬ, ਆਈ ਲਵ ਪੰਜਾਬ, ਆਈ ਲਵ ਪੰਜਾਬ ਬੋਲ ਕੇ ਥੋੜਾ ਹੋ ਜਾਊਗਾ, ਇਹ ਕਿਸੇ ਦੇ ਕੁਛ ਕਰਨਾ ਪੈਣਾ ਵਾ। ਸਹੀ ਆ, ਠੀਕ ਆ, ਇੱਥੇ ਸਾਡੇ ਕੋਲ ਜ਼ਮੀਨਾਂ ਵਾ, ਸਰਦਾਰੀ ਕੰਮ ਆ, ਇੱਥੇ ਅਸੀਂ ਸ਼ਰਮ ਖਾਂਦੇ ਹਾਂ, ਜੇ ਕਹੀਏ ਕੰਮ ਕਰ ਲਾ ਤੇ ਉੱਥੇ ਅਸੀਂ ਮਾੜੇ ਮਾੜੇ ਕੰਮ ਨੂੰ ਤਰਸਦੇ ਹਾਂ, ਕਹਿੰਦੇ ਕੰਮ ਨਹੀਂ ਮਿਲਦਾ, ਕੋਠੀਆਂ ਖਾਲੀ ਪਈਆਂ, ਰਹਿਣ ਨੂੰ ਜਗ੍ਹਾ ਹੈ ਨਹੀਂ, ਕੋਈ ਬੰਦਾ ਨਹੀਂ ਮਿਲਦਾ ਰਹਿਣ ਨੂੰ, ਕੋਠੀਆਂ 'ਚ ਕੋਠੀਆਂ ਖਾਲੀ ਪਈਆਂ, ਛੱਡ ਛੱਡ ਤੁਰੇ ਜਾਂਦੇ ਆ। ਗਏ ਆ ਤੁਸੀਂ ਬਾਹਰ ਯਾਰ, ਜਾਓ, ਠੀਕ ਆ, ਜੇ ਦੇਖੀਏ ਜ਼ਿੰਦਗੀ, ਪੈਸਾ ਕਹੀਏ ਪੈਸਾ ਤਾਂ ਆਪਾਂ ਸਾਰੀ ਜ਼ਿੰਦਗੀ ਨਹੀਂ ਕਮਾ ਭਰਨਾ ਗਾ ਸਾਡਾ ਮਨ। ਸਹੀ ਆ, ਠੀਕ ਆ, ਲਾਲਚ ਬਿਲਕੁਲ ਸਹੀ ਗੱਲ, ਚੱਲ ਪੈਸਾ ਕਮਾਓ, ਕਮਾ ਕੇ ਯਾਰ ਇੱਥੇ ਆਓ, ਆ ਕੇ ਇੱਥੇ ਵੀ ਦੇਖੋ ਕੀ ਹੁੰਦਾ, ਫਿਰ ਆਈ ਲਾ ਪੰਜਾਬ ਬਣਦਾ। ਹਾਂ,
ਇੰਨੇ ਬੰਦੇ ਬਾਹਰ ਗਏ ਆ, ਬਾਹਰ ਕੈਨੇਡਾ ਦੇ ਵਿੱਚ ਕੰਮ ਨਹੀਂ ਮਿਲਦਾ, ਪਰ ਉਹਨਾਂ ਨੇ ਵੀਜ਼ਾ ਰੋਕਿਆ। ਕਿਉਂ ਨਹੀਂ ਰੋਕਿਆ? ਉਹਨਾਂ ਨੂੰ ਇਹ ਆ ਬਾਈ, ਜੇ ਲੈ ਕੇ ਆਉਂਦੇ ਆ ਇੱਧਰੋਂ ਲੈ ਕੇ ਜਾਂਦੇ, ਉੱਧਰੋਂ ਕੀ ਲੈ ਕੇ ਆਉਂਦੇ ਆ, ਇੱਥੇ ਸਾਡੇ ਮਹਿਲਾ ਅਰਕੇ ਘਰ ਪਾਏ ਆ, ਉਹ ਛੱਡ ਕੇ ਅੱਧਾ ਅੱਧਾ ਕਿੱਲਾ ਦੋ ਦੋ ਕਨਾਲਾਂ 'ਚ, ਅਤੇ ਉੱਥੇ ਦੋ ਮਰਲਿਆਂ ਦੇ ਵਿੱਚ ਲੱਕੜ ਦਾ ਘਰ ਲੈਂਦੇ ਆ, 20-20 ਲੱਖ ਦਾ, ਅਤੇ ਮੁੜ ਕੇ ਸਾਰੀ ਜ਼ਿੰਦਗੀ ਉੱਥੇ ਲੰਘ ਜਾਂਦੀ ਹੈ। ਸਹੀ ਗੱਲ ਆ, ਬਿਲਕੁਲ ਸਹੀ ਗੱਲ ਹੈ। ਅਤੇ ਇੱਥੇ ਯਾਰ ਆਪਦਾ ਜਿਹੜਾ ਸਰਦਾਰੀ ਕੰਮ ਕਿਉਂ ਨਹੀਂ ਕਰਦੇ ਜੀ? ਇੱਥੇ ਜੇ ਕੋਈ ਕੰਮ ਕਰਦਾ ਵਾ ਤਾਂ ਕਹਿੰਦਾ ਨਾ ਜੀ ਮੈਨੂੰ ਸ਼ਰਮ ਆਉਂਦੀ ਆ, ਹੈਂ ਅੱਗੇ ਸਾਡੇ ਬਜ਼ੁਰਗਾਂ ਨੇ ਬਲਦਾਂ ਨਾਲ ਹਲਾ ਬਲਦਾਂ ਨਾਲ ਪੈਲੀਆਂ ਵਾਲੀਆਂ, ਅਤੇ ਹੁਣ ਸਾਡੇ ਕਾਰਾਂ ਅਰਗੇ ਟਰੈਕਟਰ ਦਾ ਪਾਵਰ, ਅਤੇ ਅਸੀਂ ਉਹ 'ਤੇ ਵੀ ਬੰਦਾ ਭਾਲਦੇ ਬੈਠਣ ਨੂੰ, ਉਹਦੇ 'ਤੇ ਵੀ ਭਈਆ ਚਾਹੀਦਾ ਚਲਾਉਣ ਨੂੰ, ਉਹ ਵੀ ਆਪ ਨਹੀਂ ਚਲਾਉਂਦੇ ਗੇ। ਫਿਰ ਜੇ ਅਸੀਂ ਜਾਂਦੇ ਹਾਂ ਸਾਡਾ ਕੋਈ ਸਰੀਕੇ ਵਾਲਾ ਵਾ ਜਾਂ ਕੋਈ ਰਿਸ਼ਤੇਦਾਰ, ਅਸੀਂ ਉਹਨੂੰ ਘਰ ਨਹੀਂ ਛੱਡ ਕੇ ਜਾਂਦੇ, ਅਸੀਂ ਪ੍ਰਵਾਸੀਆਂ ਨੂੰ ਵਾਹ ਕੇ ਜਾਂਦੇ, ਪ੍ਰਵਾਸੀਆਂ ਨੂੰ ਉਹਦੇ 'ਤੇ ਵਿਸ਼ਵਾਸ ਨਹੀਂ ਕਰਦੇ, ਰਿਸ਼ਤੇਦਾਰਾਂ 'ਤੇ ਵਿਸ਼ਵਾਸ ਨਹੀਂ, ਆਪਦੇ ਸਾਡੀਆਂ ਲੱਤਾਂ ਖਿੱਚੀ ਜਾਂਦੇ ਆ। ਜਿਹੜਾ ਬੰਦਾ ਹੈਗਾ ਉਹ ਤਾਂ ਦੇਖਦੇ ਨਹੀਂ ਭਾਈ ਕਿੱਦਾਂ ਵਾ, ਜਿਹੜਾ ਬੰਦਾ ਇੱਕ ਚੁਗਲਖੋਰ ਆ ਉਹਨੇ ਗੱਲ ਬਣਾਤੀ ਉਹ ਬਦਨਾਮ ਕਰ ਦਿੰਦਾ ਦੂਜੇ, ਵੀ ਪਹਿਲਾਂ ਬੰਦੇ ਨੂੰ ਤਾਂ ਦੇਖੋ ਵੀ ਭਾਈ ਉੱਦਾਂ ਦਾ ਹੈਗਾ ਕਿ ਨਹੀਂ ਹੈਗਾ। ਸਹੀ ਗੱਲ ਆ। ਇਹ 1.5 ਮਿੰਟ ਦੀ ਜਿਹੜੀ ਸਕਿੱਟ ਵੀਡੀਓ ਆ, ਇਹ 1.5 ਮਿੰਟ ਦੀ ਸਕਿੱਟ ਵੀਡੀਓ ਇਹੀ ਆ ਵੀ ਚਾਹ ਚਾਹ 'ਚ ਵੀਜ਼ਾ ਲਵਾਉਣ 'ਚ ਵੀ ਫਰਕ ਆ ਅਤੇ ਮਿਹਨਤ ਕਰਨ ਜਾਣ 'ਚ ਵੀ ਫਰਕ ਆ। ਇਕੱਲਾ ਚਾਹ ਚਾਹ 'ਚ ਹੀ ਨਾ ਵੀਜ਼ਾ ਲਵਾਈ ਜਾਓ, ਵੀ ਮੇਰਾ ਕੈਨੇਡਾ ਦਾ ਵੀਜ਼ਾ ਲੱਗਾ, ਵੀ ਜੇ ਹੋ ਸਕਦਾ ਇੱਥੇ ਰਹਿ ਕੇ ਕੰਮ ਕਰੋ, ਜਿੰਨਾ ਟਾਈਮ ਸਰਦਾ ਉਹਨਾਂ ਟਾਈਮ ਆਪਾਂ ਨੂੰ ਸਾਰਨ ਸਰਦਾ ਕਿ ਯਾਰ ਚੰਗੀ ਰੋਟੀ ਖਾਂਦੇ ਆ ਆਪਾਂ। ਉੱਥੇ ਕਿਹੜਾ ਥਾਲੀ 'ਚ ਪਰੋਸੀ ਪਈ ਆ, ਉੱਥੇ ਵੀ ਜਾ ਕੇ ਤਾਂ ਮਿਹਨਤ ਦੁੱਗਣੀ ਕਰਨੀ, ਉੱਥੇ ਦੁੱਗਣੀ ਕਰਨੀ ਪੈਂਦੀ ਆ। ਇੱਥੇ 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 ਤੁਸੀਂ ਕੰਮ 'ਤੇ ਜਾਣਾ, ਇੱਥੇ ਉੱਠ ਕੇ ਮੇਰੇ ਵਰਗੇ ਨੇ ਤੌਲੀਆ ਰੱਖ ਕੇ ਬਾਥਰੂਮ 'ਚ ਨਹਾਉਣੀ ਜਾਣਾ, ਅਤੇ ਉੱਥੇ ਚਾਹ ਵੀ ਆਪ ਕਰਨੀ ਆ, ਰੋਟੀਆਂ ਵੀ ਆਪ ਲਾਉਣੀਆਂ, ਅਤੇ ਨਹੀਂ ਪਤਾ ਉੱਥੇ ਟਿਫਨ ਪੈਕ ਦਰਵਾਜ਼ੇ ਸਵੇਰ ਨੂੰ ਪਈ ਹੋਵੇ ਉਹੀ ਹੱਥਾਂ ਤੱਕ ਖਾਣੀਆਂ, ਅਤੇ ਇੱਥੇ ਐਸ਼ ਆ। ਪਹਿਲਾਂ ਇਹੀ ਫਰਕ ਕਿੰਨਾ, ਘਰ 'ਚ ਬੈਠੇ ਕੰਮ ਆ ਯਾਰ, ਅਸੀਂ ਆਪਦਾ ਕੰਮ ਨਹੀਂ ਕਰਕੇ ਰਾਜੀ ਜੀ। ਸਹੀ ਗੱਲ ਆ, ਇਹੀ ਆ, ਆਪਦਾ ਕੰਮ ਕਰੋ, ਕੋਈ ਵੀ ਮਿਲੇ ਅਸੀਂ ਤਰੱਕੀ ਕਰੋ ਕਰੀਏ। ਉਹ ਪੈਸਾ ਯਾਰ ਉਧਰਲਾ ਤਾਂ ਇੱਥੇ ਆ ਕੇ ਵਧਣਾ ਨਾ, ਉਧਰਲਾ ਪੈਸਾ ਤਾਂ ਉਧਰ ਉੱਥੇ ਉਹੀ ਚੱਲਣਾ ਨਾ, ਤੇ ਉਹ ਵਧੂਗਾ ਤਾਂ ਜੇ ਅਸੀਂ ਉਧਰੋਂ ਨਿਕਲਾਂਗੇ। ਉੱਥੇ ਕਿਹੜਾ ਬਿਜਲੀ ਦਾ ਬਿੱਲ ਨਹੀਂ ਜਾਂ ਗੈਸ ਦਾ ਬਿੱਲ ਨਹੀਂ, ਪਾਣੀ ਦਾ ਬਿੱਲ ਨਹੀਂ ਜਾਂ, ਸਾਰੇ ਬਿੱਲ ਆਉਣੇ ਉੱਥੇ ਵੀ। ਇੱਥੇ ਤਾਂ ਕੁਛ ਚੀਜ਼ਾਂ ਆਪਣੇ ਖੇਤਾਂ 'ਚ ਵੀ ਹੋ ਜਾਂਦੀਆਂ, ਉੱਥੇ ਤਾਂ ਸਭ ਕੁਝ ਮਿਲਦਾ, ਕਿਉਂਕਿ ਉਹ ਕਹਿੰਦੇ ਬਾਈ ਜਿਹੜੇ ਇੰਡੀਆ ਵਾਲੇ ਆਉਂਦੇ ਉਹ ਲੈ ਕੇ ਹੀ ਆਉਂਦੇ ਆ, ਆਪਦੀਆਂ ਜ਼ਮੀਨਾਂ ਵੇਚ ਕੇ ਆਉਂਦੇ, ਲੈ ਕੇ ਤਾਂ ਨਹੀਂ ਕੁਛ ਜਾਂਦੇ ਕਿ। ਬਾਕੀ ਪਤਾ ਹੀ ਹੈ ਦੇਖਣ ਵਾਲਿਆਂ ਨੂੰ ਗੱਲਾਂ ਸਾਰੀਆਂ, ਸ਼ੇਅਰ ਕਰਿਓ, ਸ਼ੇਅਰ ਕਰਨੀ ਬਣਦੀ ਆ, ਵੀਡੀਓ ਦੱਬ ਕੇ ਸ਼ੇਅਰ ਕਰਿਓ ਵੀ ਆਪਾਂ ਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਕਮੈਂਟਾਂ ਦੇ ਵਿੱਚ ਦੱਸਿਓ ਵੀ ਕਿਵੇਂ ਲੱਗੀ ਵੀਡੀਓ, ਦੱਬ ਕੇ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਓ ਜਾਓ, ਪਰ ਚੱਕਰ ਵਾਪਸ ਵੀ ਮੁੜ ਕੇ ਆਓ ਨਾ, ਪਿੱਛੇ ਦੇਖੋ ਵੀ ਨਾ, ਆਪਦੇ ਜਵਾਕਾਂ ਨੂੰ ਦੱਸੋ ਵੀ ਨਾ ਸਾਡਾ ਭਾਈ ਪਿੱਛੇ ਕੀ ਆ, ਸਾਡੇ ਚਾਚੇ ਤਾਏ ਰਿਸ਼ਤੇਦਾਰੀਆਂ ਕੀ ਆ, ਜਿਹੜੇ ਬਾਹਰ ਗੋਰੇ ਬੈਠੇ ਹੁਣ ਉਹਨਾਂ ਦੀਆਂ ਰਿਸ਼ਤੇਦਾਰੀਆਂ ਕੀ ਆ, ਉਹਨਾਂ ਨੂੰ ਕੀ ਪਤਾ ਵਾ ਵੀ ਕੀ ਆ। ਜੇ ਅਸੀਂ ਇੱਥੇ ਜਵਾਕਾਂ ਨੂੰ ਲਿਆਵਾਂਗੇ ਫਿਰ ਹੀ ਪਤਾ ਲੱਗੂ ਨਾ ਸਾਡਾ ਸ਼ਰੀਕਾ ਕੀ ਆ, ਅਸੀਂ ਕਿੱਦਾਂ ਵਾ। ਚਾਚੇ ਤਾਏ ਮਾਸੇ ਮਾਮੀਆਂ ਨਾਨਕੇ ਕਿੱਥੇ ਆ, ਸਾਡੀ ਜ਼ਮੀਨ ਕਿੱਥੇ ਆ, ਸਾਡੇ ਘਰ ਕਿੱਥੇ ਆ, ਗੇੜਾ ਤਾਂ ਮਾਰੋ ਪਿੰਡ। ਗੋਰੇ ਸਾਡਾ ਦੇਸ਼ ਛੱਡ ਕੇ ਗਏ, ਉਦੋਂ ਪੰਜਾਬ ਨੂੰ ਸੋਨੇ ਦੀ ਚਿੜੀ ਕਹਿ ਕੇ ਗਏ ਸੀਗੇ, ਅਤੇ ਅੱਜ ਸਾਡੇ ਆਪਦੇ ਉਸ ਚਿੜੀ ਨੂੰ ਛੱਡ ਕੇ ਬਾਹਰ ਨੂੰ ਭੱਜ ਰਹੇ ਆ। ਸੋਨੇ ਦੀ ਚਿੜੀ ਕੀ ਚਿੜੀ ਹੋਈ ਹੈ ਨਹੀਂ ਗੀ, ਚਿੜੀ ਕੋਈ ਖਤਮ ਹੋ ਗਈ। ਸਹੀ ਆ। ਜੇ ਵੀਡੀਓ ਜੇ ਵਧੀਆ ਲੱਗੀ ਇਹਨੂੰ ਕਮੈਂਟ ਲੈ ਕੇ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਵੀਡੀਓ ਤੁਹਾਡੇ ਲਈ ਪਾਈ ਆ, ਠੀਕ ਆ, ਇੱਕ ਮੈਸੇਜ ਦਿੰਦੇ ਹਾਂ ਅਸੀਂ। ਜੇ ਵੀਡੀਓ ਵਧੀਆ ਲੱਗਦੀ ਜ਼ਰੂਰ ਕਮੈਂਟ ਲੈ ਕੇ ਸ਼ੇਅਰ ਜ਼ਰੂਰ ਕਰਿਆ ਕਰੋ। ਹਾਂ, ਸ਼ੇਅਰ ਕਰ ਦਿਓ ਵੀਡੀਓ, ਸ਼ੇਅਰ ਕਰ ਦਿਓ, ਸਭ ਕੇ ਸ਼ੇਅਰ ਕਰ ਦਿਓ। ਸਤਿ ਸ਼੍ਰੀ ਅਕਾਲ।